ਇਹਨੇ ਨੂੰ ਬਹੁਤ ਗੰਦੇ ਗੰਦੇ ਇਸ਼ਾਰੇ ਮਾਰ ਕੇ ਮੈਂ ਹੁਣ ਬੋਲ ਕੇ ਕੀ ਦੱਸਾਂ ਇਹਨੇ ਮੇਰੇ ਨਾਲ ਕੀ ਕੀਤਾ ਇਹਨਾਂ ਨੇ ਆਪਣੀ ਜਿੱਪ ਖੋਲੀ ਜਿੱਪ ਖੋਲ ਕੇ ਮੈਨੂੰ ਗੰਦਾ ਇਸ਼ਾਰਾ ਮਾਰਿਆ ਕਹਿੰਦਾ ਜੋ ਫੜ ਲਾ ਮੈਂ ਇੰਚਾਰਜ ਮਨਜੀਤ ਸਿੰਘ ਨੂੰ ਪੈਸੇ ਦਿੱਤੇ ਹੋਏ ਆ ਖਰੀਦਿਆ ਹੋਇਆ ਵਾ ਪਰ ਬਹੁਤ ਭੱਦੇ ਇਲਜ਼ਾਮ ਲਾਏ ਨੇ ਜੇ ਤੁਸੀਂ ਪ੍ਰਾਈਵੇਟ ਪਾਰਟ ਤਾਂ ਹੀ ਉਹਨਾਂ ਨੂੰ ਜੇ ਮੈਂ ਇਹਨਾਂ ਰਹੀ ਹਾਂ ਇਹਨਾਂ ਨੂੰ ਇਹੀ ਆ ਕਿ ਜਿੱਦਾਂ ਬਾਕੀ ਲੋਕਾਂ ਨੂੰ ਅਸੀਂ ਡਰਾ ਧਮਕਾ ਕੇ ਜਾਂ ਹਰਾਸ ਕਰਕੇ ਪੈਸੇ ਲੈ ਲੈਣੇ ਉੱਦਾਂ ਹੀ ਇਹਦੇ ਕੋਲ ਲਈਏ ਹੁਣ ਇਹ ਜਿਹੜੀ ਗੱਲ ਕਹਿ ਰਿਹਾ ਵੀ ਗਲੀ ਦੇ ਵਿੱਚ ਖਲੋ ਕੇ ਨਾਲੇ ਭੰਗੜਾ ਪਾਇਆ ਨਾਲੇ ਪ੍ਰਾਈਵੇਟ ਪਾਰਟ ਵਿਖਾਇਆ ਅਤੇ ਆਂਢੀ ਗੁਆਂਢੀ ਅੰਨੇ ਨੇ ਸਾਰਿਆਂ ਨੇ ਉਹਨੂੰ ਰੋਕਿਆ ਪਰ ਉਹ ਰੁਕਿਆ ਨਹੀਂ ਕੱਲ ਆਪਣੇ ਗੇਟ ਅੱਗੇ ਬੈਠੀ ਹੋਈ ਸੀ ਮੈਂ ਠੀਕ ਨਹੀਂ ਸੀ ਇਹ ਐਕਟਿਵਾ ਤੇ ਆਇਆ ਇਹਨੇ ਮੈਨੂੰ ਬਹੁਤ ਗੰਦੇ ਗੰਦੇ ਇਸ਼ਾਰੇ ਮਾਰ ਕੇ ਮੈਂ ਹੁਣ ਬੋਲ ਕੇ ਕੀ ਦੱਸਾਂ ਇਹਨੇ ਮੇਰੇ ਨਾਲ ਕੀ ਕੀਤਾ ਇਹਨਾਂ ਨੇ ਆਪਣੀ ਜਿੱਪ ਖੋਲੀ ਜਿੱਪ ਖੋਲ ਕੇ ਮੈਨੂੰ ਗੰਦਾ ਇਸ਼ਾਰਾ ਮਾਰਿਆ ਕਹਿੰਦਾ ਜੋ ਫੜ ਲਾ ਮੈਂ ਇੰਚਾਰਜ ਮਨਜੀਤ ਸਿੰਘ ਨੂੰ ਪੈਸੇ ਦਿੱਤੇ ਹੋਏ ਆ ਖਰੀਦਿਆ ਹੋਇਆ ਵਾ ਉਹ ਮੇਰਾ ਕੀ ਕਰ ਲਏਗਾ ਪਰ ਬਹੁਤ ਭੱਦੇ ਇਲਜ਼ਾਮ ਲਾਏ ਨੇ ਜੇ ਤੁਸੀਂ ਪ੍ਰਾਈਵੇਟ ਪਾਰਟ ਤਾਂ ਹੀ ਉਹਨਾਂ ਨੂੰ ਨਹੀਂ ਇਹ ਗਲਤ ਗੱਲ ਆ ਮੇਰੀ 15 ਸਾਲ ਦੀ ਬੇਟੀ ਨਾਲ ਆ ਸਕੂਟਰੀ ਦੇ ਅਸੀਂ ਆ ਰਹੇ ਹਾਂ ਮੈਂ ਆਪਣੀ ਵਾਈਫ ਦੀ ਮੈਡੀਸਿਨ ਲੈਣ ਗਿਆ ਬਸ ਹੋਰ ਮੈਂ ਕੁਛ ਨਹੀਂ ਇੱਕ ਮੈਂ ਇਹਨਾਂ ਰਹੀ ਹਾਂ ਕੁਝ ਇਹ ਫਾਇਦਾ ਉਠਾਉਂਦੇ ਨੇ ਕਿ ਇਹ ਪੈਸੇ ਇਹਨਾਂ ਕੋਲ ਜ਼ਿਆਦਾ ਹੋਣ ਇਹ ਨਹੀਂ ਪਤਾ ਕਿ ਅਸੀਂ ਕਿਹੜੀਆਂ ਦੁੱਖ ਤਕਲੀਫਾਂ ਚੋਂ ਲੰਘਣ ਡਏ ਹਾਂ ਘਰਾਂ ਦੇ ਖਰਚੇ ਸਾਰੇ ਇੱਕੋ ਜਿਹੇ ਮੈਂ ਇਹਨਾਂ ਰਹੀ ਹਾਂ ਇਹਨਾਂ ਨੂੰ ਇਹੀ ਆ ਕਿ ਜਿੱਦਾਂ ਬਾਕੀ ਲੋਕਾਂ ਨੂੰ ਅਸੀਂ ਡਰਾ ਧਮਕਾ ਕੇ ਜਾਂ ਹਰਾਸ ਕਰਕੇ ਪੈਸੇ ਲੈ ਲੈਣੇ ਉਦਾਂ ਹੀ ਇਹਦੇ ਕੋਲ ਲਈਏ ਵਿਹਾਰ ਕਿਸ ਤਰ੍ਹਾਂ ਦਾ ਜੀ ਇਟਲੀ ਤੋਂ ਆਏ ਨੇ ਜਾਂ ਕਿਵੇਂ ਇਹਨਾਂ ਦਾ ਸਾਡੇ ਸਾਰੇ ਮਹੱਲੇ ਵਾਲੇ ਬੈਠੇ ਨੇ ਮਾੜਾ ਦੇਖੋ ਇਹ ਮੇਰਾ ਦੋਸਤ ਆ ਜੀ ਅਸੀਂ ਤਕਰੀਬਨ 10 ਤੋਂ 15 ਸਾਲ ਦੇ ਦੋਸਤ ਹਾਂ ਸਾਡਾ ਘਰ ਵੀ ਆਉਣਾ ਜਾਣਾ ਸਾਡਾ ਪਿਆਰ ਹੈ ਇੱਕ ਦੂਜੇ ਨਾਲ ਕਾਫੀ ਜ਼ਿਆਦਾ ਅਸੀਂ ਇੱਕ ਦੂਜੇ ਨੂੰ ਮਿਲਦੇ ਵਰਤਦੇ ਹਾਂ ਅੱਜ ਤੱਕ ਅਸੀਂ ਪਰਿਵਾਰਾਂ 'ਚ ਮਿਲਦੇ ਵੀ ਹਾਂ ਇਹੋ ਜਿਹੀ ਕੋਈ ਹਰਕਤ ਨਾ ਆਪਾਂ ਸੁਣੀ ਆ ਅਤੇ ਨਾ ਅਸੀਂ ਦੇਖੀ ਆ ਹੁਣ ਇਹ ਜਿਹੜੀ ਗੱਲ ਕਹਿ ਰਿਹਾ ਵੀ ਗਲੀ ਦੇ ਵਿੱਚ ਖਲੋ ਕੇ ਨਾਲੇ ਭੰਗੜਾ ਪਾਇਆ ਨਾਲੇ ਪ੍ਰਾਈਵੇਟ ਪਾਰਟ ਵਿਖਾਇਆ ਅਤੇ ਆਂਢੀ ਗੁਆਂਢੀ ਅੰਨੇ ਨੇ ਵੀ ਜਾਂ ਆਂਢੀ ਗੁਆਂਢੀਆਂ ਨੂੰ ਕੋਈ ਅੱਖਾਂ ਦੀ ਪ੍ਰੋਬਲਮ ਹੈ ਵੀ ਉਹਨਾਂ ਦੇ ਸੋਜਿਸ਼ ਆ ਗਈ ਅੱਖਾਂ 'ਚ ਉਹਨਾਂ ਦੇ ਮਹੱਲੇ ਵਾਲਿਆਂ ਨੇ ਥੋੜ੍ਹੇ ਮਨਜੀਤ ਸਿੰਘ ਵੀ ਹੈ ਸਰ ਦੋਵਾਂ ਤਰ੍ਹਾਂ ਦਾ ਆਂਢੀ ਗੁਆਂਢੀ ਹੈਗੇ ਆ ਅਤੇ ਜਾਂਚ ਪੜਤਾਲ ਚੱਲ ਰਹੀ ਸੀਨੀਅਰ ਜਿਹੜੇ ਅਫਸਰ ਆ ਐਸ ਐਸ ਓ ਸਾਹਿਬ ਉਹ ਡੈ ਡੀਲ ਕਰਨਾ ਜੋ ਵੀ ਜਿਨ੍ਹਾਂ ਦੀ ਕਾਰਵਾਈ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ਼ ਕਾਰਵਾਈ ਜਿਹੜੀ